पंजाबी इंडस्ट्री नाल जुड़ी हुई एक दुखदाई खबर सामने आ रही है। मशहूर पंजाबी गीतकार अते लेखक सुरजीत सिंह गिल 74 साल की उम्र विच इस फानी दुनिया नू हमेशा दे लई अलविदा आख गए ने। गीतकार दा देहांत उन्हां दे घर घूमर नगर विखे होया। ओह काफ़ी लंबे समय तो बीमार सन कि अचानक बीती रात उन्हां दी सेहत खराब हो गई अते उन्हां दा देहांत हो गया, जिस नाल पंजाबी इंडस्ट्री विच सोग दी लहर है। सुरजीत सिंह दी करियर दी गल कीती जावे तां उन्होंने एक कविता दे राही इस सफर दी शुरुआत कीती सी। उन्होंने कई मशहूर गीत लिखे। उन्हां दा एक गीत सी शहर पटियाले दे मुंडे मुचपुट गब्बरू ने सोने। इस गीत नूं गायक हरदीप सिंह ने गाया सी। गायक हरदीप सिंह तो इलावा कई गायकां ने गिल सुरजीत दे लिखे हुए गीतां नूं गाया अते प्रसिद्धि हासिल कीती। सुरजीत सिंह 1982 दीआं एशियाई खेडां दौरान भंगड़े दे कोच वी रहे। लेखक सुरजीत सिंह गिल दे भरा चरणजीत सिंह गिल ने नमखा दे नाल दस्सिया कि ओह काफ़ी समय तो बीमार सन अते कोरोना दी चल रही बीमारी कारण उन्होंने ज़्यादा लोगों नूं लेखक दे देहांत बारे खबर नहीं दिती है। इस मौके ते हरजीत सिंह गुड्डू ने कहा कि लेखक बहुत ही चंगे इंसान सन। ओह काफ़ी मशहूर गीत लिख चुके ने। ਉਹਨਾਂ ਨੂੰ ਹਰ ਕੋਈ ਪਿਆਰ ਕਰਦਾ ਸੀ। ਉਹ ਕਾਫੀ ਦੇਰ ਤੋਂ ਢਿੱਲੇ ਚੱਲਦੇ ਸੀ, ਬਿਮਾਰ ਸੀਗੇ, ਪਰ ਸਵੇਰੇ ਵੀ ਉਹਨਾਂ ਨੇ ਅੱਜ ਫੁਲਕਾ ਖਾਧਾ, ਅੱਧਾ ਫੁਲਕਾ ਖਾਧਾ ਸੀਗਾ, ਪਰ ਪੈ ਗਏ ਉਸ ਤੋਂ ਬਾਅਦ ਅਤੇ ਫਿਰ ਇੱਕਦਮ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਦੀ ਡੈਥ ਹੋ ਗਈ। ਸਰ ਗੱਲ ਕੀਤੀ ਜਾਵੇ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਇੱਕ ਝਟਕਾ ਲੱਗਿਆ ਅਤੇ ਕੋਈ ਵੱਡੀ ਹਸਤੀ ਹੋਈ ਜਿਹੜੀ ਇੱਥੇ ਪਹੁੰਚ ਰਹੀ ਨੇ ਕਿ ਉਹਨਾਂ ਨੂੰ ਸੁਨੇਹਾ ਦਿੱਤਾ ਗਿਆ? ਨਹੀਂ, ਅਸੀਂ ਕਿਸੇ ਨੂੰ ਸੁਨੇਹਾ ਨਹੀਂ ਦਿੱਤਾ ਕਿਉਂਕਿ ਕਰੋਨਾ ਚੱਲ ਰਿਹਾ। ਕਰੋਨਾ ਚੱਲਣ ਕਰਕੇ ਸਿਰਫ 20 ਬੰਦਿਆਂ ਨੂੰ ਅਲਾਓ ਕਰਦੇ ਸੀ ਜਾਣ ਵਾਸਤੇ, ਅਤੇ ਇਸ ਕਰਕੇ ਅਸੀਂ ਉਹਨਾਂ ਨੂੰ ਕਿਸੇ ਨੂੰ ਸੁਨੇਹਾ ਨਹੀਂ ਦਿੱਤਾ। ਘਰ ਦੇ ਪਰਿਵਾਰ ਕੌਣ ਕੌਣ ਸੀਗਾ ਇਹਨਾਂ ਨਾਲ, ਕੌਣ ਕੌਣ ਰਹਿੰਦਾ ਸੀਗਾ ਇੱਥੇ? ਇੱਥੇ ਜ਼ਿਆਦਾ ਸਮਾਂ ਇਕੱਲੇ ਰਹਿੰਦੇ ਸੀਗੇ ਅਤੇ ਸਰਵੈਂਟ ਜਿਹੜੇ ਹੈ ਉਹ ਇਹਨਾਂ ਦੀ ਕੇਅਰ ਕਰਦੇ ਸੀਗੇ। ਬੇਟੀ ਹੈ ਇੱਥੇ ਨਾਲ ਹੀ ਇਹਨਾਂ ਦੇ ਰਹਿੰਦੇ ਆ ਆਪਣੇ, ਅਤੇ ਮੈਂ ਇਹਨਾਂ ਦਾ ਬ੍ਰਦਰ ਹਾਂ। ਅਸੀਂ ਮਾਈਲ ਟਾਊਨ ਰਹਿੰਦਾ ਮੈਂ ਇੱਥੇ, ਅਤੇ ਅਸੀਂ ਆਉਂਦੇ ਜਾਂਦੇ ਰਹਿੰਦੇ ਸੀ। ਇਹ ਬੜਾ ਦੁੱਖ ਹੋ ਰਿਹਾ ਪੰਜਾਬੀ ਦੇ ਬੜੇ ਸਿਰਮੌਰ ਗੀਤਕਾਰ ਸਰਦਾਰ ਗਿੱਲ ਸੁਰਜੀਤ ਸਾਹਿਬ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਅੱਜ ਸਵੇਰੇ। ਵੈਸੇ ਹੋਏ ਨੇ, ਮੈਂ ਵੀ ਹੁਣੇ ਆਇਆ, ਮੈਨੂੰ ਪਤਾ ਲੱਗਾ, ਅਤੇ ਉਹ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਵੀ ਅੱਜ ਸਵੇਰੇ ਉਹ ਪੂਰੇ ਹੋਏ ਨੇ। ਵੈਸੇ ਢਿੱਲੇ ਤਾਂ ਉਹ ਸੀਗੇ ਸਾਲ 2 ਸਾਲ ਤੋਂ, ਪਰ ਉੱਦਾਂ ਘਰ ਹੀ ਠੀਕ ਠਾਕ ਰਹਿੰਦੇ ਸੀਗੇ, ਪਰ ਅੱਜ ਮੈਂ ਖਿਆਲ ਕਹਿੰਦੇ ਸਵੇਰੇ ਪ੍ਰੋਬਲਮ ਆਈ ਆ ਅਤੇ ਅੱਜ ਉਹ ਅਕਾਲ ਚਲਾਣਾ ਕਰ ਗਏ, ਅਤੇ ਬਹੁਤ ਵੱਡਾ ਘਾਟਾ ਪਿਆ ਜੀ ਪੰਜਾਬੀ ਸੰਗੀਤ ਜਗਤ ਨੂੰ ਅਤੇ ਹੋਰ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਨੂੰ, ਸਾਰਿਆਂ ਨੂੰ ਬਹੁਤ ਵੱਡਾ ਘਾਟਾ ਸਾਨੂੰ ਇਹ ਗਿੱਲ ਸਾਹਿਬ ਦਾ। ਉਹਨਾਂ ਦੇ ਬੇਟੇ ਆਸਟ੍ਰੇਲੀਆ ਨੇ, ਉਹਨਾਂ ਨੂੰ ਵੀ ਪਤਾ ਲੱਗਿਆ, ਅਤੇ ਬੇਟੀ ਉਹਨਾਂ ਦੀ ਇੱਥੇ ਹੀ ਨੇ ਅਤੇ ਉਹ ਵੀ ਬੈਠੇ ਨੇ ਇੱਥੇ। ਬੇਟੀ ਮੇਰੇ ਕੋਲ ਸ਼ਾਇਦ ਕੁਆਰੰਟਾਈਨ ਨੇ, ਉਹ ਗੱਡੀ 'ਚ ਬੈਠੇ ਨੇ, ਅਤੇ ਹੁਣ ਫਿਰ ਸੰਸਕਾਰ ਦੀ ਤਿਆਰੀ ਚੱਲ ਰਹੀ ਅੰਦਰ ਹੀ। ਬਹੁਤ ਅਫਸੋਸ ਹੋਇਆ। ਸਾਰੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਅਤੇ ਗਿੱਲ ਸੁਰਜੀਤ ਸਾਹਿਬ ਦੀ ਆਤਮਾ ਦੀ ਸ਼ਾਂਤੀ ਲਈ ਸਾਰੇ ਅਰਦਾਸ ਕਰੋ ਆਪਾਂ ਸਾਰੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਿਊਜ਼ਿਕ ਕਰਦਾ ਰਿਹਾ ਜੀ, ਮੇਰਾ ਨਾਮ ਹਰਜੀਤ ਗੁੱਡੂ ਆ, ਅਤੇ ਗਿੱਲ ਸਾਹਿਬ ਨੂੰ ਅਸੀਂ ਤਾਂ ਬਚਪਨ ਤੋਂ ਜਾਣਦੇ ਹਾਂ ਅਤੇ ਉੱਦਾਂ ਮੇਰੇ ਨਾਲ ਵੀ ਵਧੀਆ ਪਿਆਰ ਸੀਗਾ। ਮੈਂ ਇਹਨਾਂ ਦੇ ਗੀਤ ਵੀ ਬੜੇ ਰਿਕਾਰਡ ਕੀਤੇ ਹੈ। ਚੰਡੀਗੜ੍ਹ ਤੋਂ ਹਰਦੀਪ ਭਾਅ ਜੀ ਹੋਣੀ ਆ, ਉਹਨਾਂ ਦਾ ਵੀ ਮੈਨੂੰ ਹੁਣੇ ਫੋਨ ਆਇਆ, ਉਹ ਕਹਿੰਦੇ ਪਤਾ ਕਰਕੇ ਆ ਬੇਟੇ ਸਾਡਾ ਘਰ ਵੀ ਇੱਥੇ ਇਸੇ ਕਲੋਨੀ 'ਚ ਆ, ਅਤੇ ਫਿਰ ਉਹ ਸਾਰੇ ਗਿੱਲ ਸਾਹਿਬ ਨੂੰ ਕੌਣ ਨਹੀਂ ਪਿਆਰ ਕਰਦਾ ਸੀਗਾ, ਅਸੀਂ ਸਾਰੇ ਪਿਆਰ ਕਰਦੇ ਸੀਗੇ। ਬੜੇ ਅੱਛੇ ਰਾਈਟਰ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛਪੁੱਟ ਗੱਭਰੂ ਨੇ ਸੋਹਣੇ ਜਿਨ੍ਹਾਂ ਦਾ ਲਿਖਿਆ ਸੀ ਹੋਰ ਹਰ ਭਜਨ ਮਾਨ ਦੀ ਫਿਲਮ ਦੇ, ਕਿੰਨੇ ਇਹਨਾਂ ਨੇ ਗਾਣੇ ਕੋਰੀਓਗ੍ਰਾਫ ਕੀਤੇ, ਬੜੇ ਹੀ ਕਹਿੰਦੇ ਪਾਪੂਲਰ, ਬੜੇ ਫੇਮ ਪਰਸਨੈਲਿਟੀ ਸੀ। ਲੇਖਣੀ ਦੇ ਵਿੱਚ ਵੀ ਅਤੇ ਭੰਗੜੇ ਦੇ ਵਿੱਚ ਉਹਨਾਂ ਦਾ, ਗਿੱਧੇ ਵਿੱਚ ਬੜੀ ਉਹਨਾਂ ਨੇ ਕੋਚਿੰਗ ਦਿੱਤੀ। ਪੂਰੇ ਵਰਲਡ ਦੇ ਵਿੱਚ ਸਭ ਨੂੰ ਪਤਾ ਜੀ ਗਿੱਲ ਸੁਰਜੀਤ ਸਾਹਿਬ ਬਾਰੇ, ਗਿੱਧੇ ਵਾਲਿਆਂ ਨੂੰ, ਭੰਗੜੇ ਵਾਲਿਆਂ ਨੂੰ, ਪੰਜਾਬੀ ਸਿੰਗਰਾਂ ਨੂੰ, ਬੜੇ ਫੇਮ ਪਰਸਨੈਲਿਟੀ ਦੀ। ਬੜਾ ਦੁੱਖ ਹੋਇਆ ਸਾਨੂੰ ਸਾਰਿਆਂ ਨੂੰ, ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਿੱਲ ਸਾਹਿਬ ਦਾ, ਅਤੇ ਵੈਸੇ ਉੱਦਾਂ ਚਲੋ ਮਹਾਰਾਜ ਨੇ ਜੋ ਮਨਜ਼ੂਰ ਹੋਣਾ ਤਾਂ ਉਹੀ ਆ। ਤੁਹਾਨੂੰ ਦੱਸ ਦਈਏ ਕਿ ਆਪਣੀ ਕਲਮ ਅਤੇ ਆਵਾਜ਼ ਨਾਲ ਮਸ਼ਹੂਰ ਹੋਏ ਸੁਰਜੀਤ ਸਿੰਘ ਗਿੱਲ ਹੁਣ ਹਮੇਸ਼ਾ ਲਈ ਇਸ ਦੁਨੀਆ ਤੋਂ ਚਲੇ ਗਏ ਨੇ, ਜਿਸ ਕਾਰਨ ਜਿੱਥੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਉੱਥੇ ਹੀ ਪੰਜਾਬੀ ਇੰਡਸਟਰੀ ਵਿੱਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਟਿਆਲਾ ਤੋਂ ਕਵਲਜੀਤ ਸਿੰਘ ਦੀ ਰਿਪੋਰਟ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ
तुहाडे एजुकेशन च गैप है ते तुसी पढ़ के जे सैटल होने का सपना पूरा करना चाहते हो तुसी हेठ लिखे नंबर ते कॉल कर सकते हो। सत श्री अकाल। खबर की ताज़ा अपडेट के लिए साडे यूट्यूब चैनल नूं सबसक्राइब करो, फेसबुक चैनल नूं लाइक अते शेयर करो।